ਜਿਹੜਾ 11ਵਾਂ ਐਟਮੋਸਫੇਰਿਕ ਰਿਵਰ ਸੀ ਉਹ ਤੋਂ ਬਾਅਦ ਅੱਜ ਸਾਰਾ ਦਿਨ ਬਹੁਤ ਸਾਰੇ ਕੈਲੀਫੋਰਨੀਆ ਦੇ ਏਰੀਆਜ਼ ਦੇ ਵਿੱਚ ਧੂਪ ਰਹੀ ਤੇ ਸਾਫ ਰਿਆ ਜੀ ਕਿੰਨਾ ਕਮੀ ਕਿੰਨੀ ਖਸਨੋ ਪਈ ਹੈ ਉਹ ਦੱਸਤੀ ਜਾਈਏ ਤਾਂ ਬਹੁਤ ਤੁਸੀਂ ਹੈਰਾਨ ਹੋਵੋਗੇ ਡਾਊਨਟਾਊਨ ਸੈਕਰਮੈਂਟੋ ਦੇ ਵਿੱਚ 2 ਫੁੱਟ ਤੱਕ ਜਿਹੜਾ ਮੀਂਹ ਆ ਉਹ ਪਿਆ ਇਸ ਬਾਰਡਰ ਸੀਜ਼ਨ ਦੇ ਮੁਤਾਬਕ ਜੇ ਦੱਸਤੀ ਜਾਈਏ ਤੇ ਇਹ ਇਹ ਬਹੁਤ ਵੱਡਾ ਅਮਾਊਂਟ ਆ 2 ਫੁੱਟ ਤੱਕ ਦਾ ਤੇ ਇਸੇ ਤਰ੍ਹਾਂ ਜੇ ਦੱਸਦੇ ਆਈਏ ਬੈਕਾਵੈਲ ਦੇ ਵਿੱਚ ਜਿਹੜਾ ਹੋਣ ਵਾਲਾ ਐਟਮੋਸਫੇਰਿਕ ਰਿਵਰਸੀ ਉਹਦੇ ਨਾਲ 1.31 ਇੰਚ ਤੱਕ ਮੀਂਹ ਪਿਆ ਸੈਕਰਮੈਂਟੋ ਚ 0.59 ਸਟਾਕਟਨ ਚ 0.27 ਪਰ ਫਿਰ ਵੀ ਕਾਫੀ ਜ਼ਿਆਦਾ ਜਿਹੜਾ ਆ ਫਲਡਿੰਗ ਵੀ ਹੋਈ ਹੈਗੀ ਆ ਕਈ ਜਗ੍ਹਾ ਦੇ ਉੱਤੇ ਸੜਕਾਂ ਵੀ ਟੁੱਟੀਆਂ ਹੈਗੀਆਂ ਆਪਾਂ ਦੇਖਿਆ ਹੀ ਐਕਸੀਡੈਂਟ ਵੀ ਹੋਏ ਹੈਗੇ ਆ ਤੇ ਜੇ ਦੱਸਦੇ ਜਾਈਏ ਸਾਰੇ ਜਿੰਨੇ ਵੀ ਰਿਜ਼ਰਵ ਵਾਇਰਸ ਆ ਉਹ ਹੁਣ ਪੂਰੀ ਤਰ੍ਹਾਂ ਭਰੇ ਹੋਏ ਹੈਗੇ ਆ ਤੇ ਸੈਂਟਰ ਸਿਆਰਾ 스ਨੋ ਲੈਬ ਦੇ ਮੁਤਾਬਕ 55.6 ਫੁੱਟ 스ਨੋ ਸੋਡਾ ਸਪ੍ਰਿੰਗਸ ਵਾਲਾ ਏਰੀਆ ਉੱਥੇ ਪਈ ਆ ਅਕਤੂਬਰ 1 ਤੋਂ ਲੈ ਕੇ ਹੁਣ ਤੱਕ 2010 ਤੇ 2011 ਦੇ ਸੀਜ਼ਨ ਦੇ ਵਿੱਚ 53.6 ਫੁੱਟ 스ਨੋ ਪਈ ਸਗੀ CSSL ਸਾਈਟ ਜੋ ਹੈਗਾ ਆ ਉੱਥੇ 67.7 ਫੁੱਟ ਤੱਕ ਜਿਹੜੀ ਆ ਸਨੋ ਪਈ ਹੈਗੀ ਜੀ ਬਿਲਕੁਲ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਪਲੇਸਰ ਕਾਉਂਟੀ ਦੇ ਵਿੱਚ ਕੁਝ ਮਹੀਨੇ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਤਿੰਨ ਪੈਸੇਂਜਰਸ ਦੀਆਂ ਜਾਨਾਂ ਚਲੀਆਂ ਗਈਆਂ ਸੀਗੀਆਂ ਕੁੱਲ ਚਾਰ ਜਿਹੜੀਆਂ ਉਸ ਹਾਦਸੇ ਦੇ ਵਿੱਚ ਮੌਤਾਂ ਹੋਈਆਂ ਸੀ ਗਰੇਨਾਈਟ ਬੇ ਦੇ ਵਿੱਚ ਅੱਜ ਜਿਹੜੀ ਆਈ ਰਿਪੋਰਟ ਆ ਉਸ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਵੀ ਜਿਹੜਾ ਡਰਾਈਵਰ ਉਸ ਟਾਈਮ ਉਸ ਗੱਡੀ ਦਾ ਚਾਲਕ ਸੀ ਚਲਾ ਰਿਹਾ ਸੀ ਉਹ ਅੰਡਰ ਦਾ ਇਨਫਲੂਐਂਸ ਆਫ ਅਲਕੋਹਲ ਸੋ ਡੀਯੂਆਈ ਜਿਹੜੀ ਆ ਉਸ ਦੇ ਅੰਡਰ ਸੀਗਾ ਸੋ ਪਲੇਸਰ ਕਾਉਂਟੀ ਦੇ ਵਿੱਚ ਮਹੀਨਿਆਂ ਪਹਿਲਾਂ ਇਹ ਹਾਦਸਾ ਜਿਹੜਾ ਇਹ ਵਾਪਰਿਆ ਸੀਗਾ ਤੇ ਇੱਕ ਕਹਿੰਦੇ ਵੀ ਇਸ ਮਾਮਲੇ ਵਿੱਚ ਇਹ ਚੀਜ਼ ਬਣੀ ਇੱਕ ਲਾਸੂਟ ਰੈਸਟੋਰੈਂਟ ਦੇ ਉਲਟ ਵੀ ਜਿਹੜਾ ਹੋਇਆ ਸੀ ਕ੍ਰੈਸ਼ ਹੋਣ ਤੋਂ ਫਾਈਨਲ ਸੋ ਇਹਦੇ ਵਿੱਚ ਹੁਣ ਕਨਫਰਮੇਸ਼ਨ ਹੋ ਗਈ ਆ ਵੀ ਜਿਹੜਾ ਡਰਾਈਵਰ ਉੱਥੇ ਆ ਉਹ दारू ਪੀ ਕੇ ਗੱਡੀ ਚਲਾ ਰਿਹਾ ਸੀ ਸੀਐਚਪੀ ਨੇ ਟਾਕਸਿਕੋਲੋਜੀ ਰਿਪੋਰਟ ਦੇ ਵਿੱਚ ਇਹ ਸ਼ੋ ਕੀਤਾ ਜੈਰੀ ਮੰਨਰੋ ਸਪਲ ਜਿਹੜਾ ਆ ਉਹ ਉਸ ਟਾਈਮ ਡਰਾਈਵ ਕਰ ਰਿਹਾ ਸੀ ਇਹ ਹਾਦਸਾ 14 ਦਸੰਬਰ 2022 ਨੂੰ ਵਾਪਰਿਆ ਸੀ ਸਪਲ ਜਿਹੜਾ ਆ ਉਹ 2016 ਮਰਸੀਡੀਜ਼ ਆਪਣੇ ਤਿੰਨ ਦੋਸਤਾਂ ਦੇ ਨਾਲ ਚਲਾ ਰਿਹਾ ਸੀ ਜਦ ਉਸ ਦੀ ਕਾਰ ਹਾਦਸਾ ਕਰਸਤੋ ਕੇ ਇੱਕ ਟਰੀ ਦੇ ਵਿੱਚ ਰੁੱਖ ਦੇ ਵਿੱਚ ਜਾਵਤ ਜੀ ਜਿਸ ਤੋਂ ਬਾਅਦ ਦੇ ਵਿੱਚ ਉਹਨੂੰ ਅੱਗ ਲੱਗ ਗਈ ਤੇ ਚਾਰਾਂ ਦੀ ਮੌਤ ਹੋ ਗਈ। ਇਹਦੇ ਵਿੱਚ ਹਰਜੋਤ ਸਿੰਘ ਜੀ ਦੱਸ ਚਾਹੀਏ ਇੱਕ ਪੰਜਾਬੀ ਮੂਲ ਦਾ ਬੰਦਾ ਵੀ ਜਿਹੜਾ ਉਹ ਸ਼ਾਮਲ ਸੀਗਾ ਜਿਸ ਦੀ ਮੌਤ ਹੋਈ ਆ 45 ਸਾਲਾ ਕਰਨ ਪੰਨੂ 65 ਸਾਲਾ ਪੈਟ੍ਰਿਕ ਗੇਨਰ ਤੇ 73 ਸਾਲਾ ਫੌਲ